ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮਿਸਟਰ ਐਂਡ ਮਿਸਿਸ ਚੰਲਾ ਦੇ ਲਈ ਬਹੁਤ ਹੀ ਸਪੈਸ਼ਲ ਡੇ ਐ ਦਰਅਸਲ ਅੱਜ ਮਹਿਕਦੀਪ ਦੇ ਵਾਈਫ ਜੋਤ ਦਾ ਬਰਥਡੇ ਹੈ ਐਂਡ ਐਸੋ ਸਪੈਸ਼ਲ ਦਿਨ ਤੇ ਉਹਨਾਂ ਦੇ ਹਸਬੈਂਡ ਮਹਿਕਦੀਪ ਵੱਲੋਂ ਆਪਣੀਆਂ ਕੀਤੀਆਂ ਗਲਤੀਆਂ ਲਈ ਜੋਤ ਤੋਂ ਮਾਫੀ ਮੰਗੀ ਗਈ ਦਰਅਸਲ ਇਸ ਵਾਰਦਾਤ ਬਾਰੇ ਤਾਂ ਸਭ ਨੂੰ ਹੀ ਪਤਾ ਹੋਵੇਗਾ ਕਿ ਮਹਿਕਦੀਪ ਸਿੰਘ ਕੁਝ ਦਿਨ ਪਹਿਲਾਂ ਡਿਪਰੈਸ਼ਨ ਦੇ ਚੱਲਦਿਆਂ ਘਰ ਛੱਡ ਕੇ ਚਲੇ ਗਏ ਸਨ ਅਤੇ ਨੈਕਸਟ ਡੇ ਉਹ ਅਨੰਦਪੁਰ ਸਾਹਿਬ ਵਿਖੇ ਮਿਲੇ ਉਸ ਤੋਂ ਬਾਅਦ ਹੁਣ ਮਿਸਟਰ ਚੰਨਾ ਨੇ ਪੋਸਟ ਪਾ ਕੇ ਕਿਹਾ ਪਰਿਵਾਰ ਦੇ ਹਰ ਇੱਕ ਮੈਂਬਰ ਦੇ ਪੈਰ ਥੜਕ ਗਏ ਮੇਰਾ ਇਸ ਮਾਰਗ ਤੇ ਸਾਥ ਦਿੰਦਿਆਂ ਸਭ ਦੇ ਪੈਰ ਪਿਸ਼ਾਹ ਹੋ ਗਏ ਪਰ ਤੂੰ ਕਿਸ ਮਿੱਟੀ ਦੀ ਬਣੀ ਮੈਨੂੰ ਨਹੀਂ ਪਤਾ ਜਾਦਾ ਲਫ਼ਜ਼ ਨਹੀਂ ਆ ਮੇਰੇ ਕੋਲ ਪਰ ਇਨਾਂ ਕ ਪਤਾ ਵੀ ਗੁਰੂ ਦੇ ਦੱਸੇ ਮਾਰਗ ਤੇ ਚੱਲਦਿਆਂ ਜਦੋਂ ਜੰਮਣ ਵਾਲੇ ਵੀ ਮੇਰੇ ਮਰਨ ਦੀਆਂ ਸੁੱਖਾਂ ਮੰਗਦੇ ਹੋਣ ਉੱਥੇ ਤੂੰ ਮੇਰੇ ਨਾਲ ਆਖਰੀ ਸਾਹ ਤੱਕ ਚੱਲਵੇਂਗੀ ਵਾਹਿਗੁਰੂ ਜੀ ਸਾਡੇ ਨਿੱਕੇ ਜਿਹੇ ਤਿੰਨ ਜੀਆਂ ਦੇ ਪਰਿਵਾਰ ਤੇ ਮੇਰ ਰੱਖਣ ਅਤੇ ਇਸ ਦੁਖਦਾਈ ਘੜੀ ਵਿੱਚ ਵੀ ਚੜ੍ਹਦੀ ਕਲਾ ਬਖਸ਼ਣ ਹਾਂ ਸੱਚ ਜਨਮ ਦਿਨ ਮੁਬਾਰਕ ਸਰਦਾਰਨੀਏ ਕੁਝ ਇਸ ਤਰੀਕੇ ਨਾਲ ਮਹਿਕਦੀਪ ਵੱਲੋਂ ਆਪਣੀ ਵਾਈਫ ਨੂੰ ਬਰਥਡੇ ਵਿਸ਼ ਕੀਤਾ ਗਿਆ ਅਤੇ ਆਪਣੇ ਦੁਆਰਾ ਕੀਤੀਆਂ ਗਲਤੀਆਂ ਲਈ ਸਫਾਈ ਵੀ ਦਿੱਤੀ ਗਈ ਵੈਲ ਤੁਸੀਂ ਮਿਸਟਰ ਐਂਡ ਮਿਸਸ ਚੰਨਾ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ